بسم الله الرحمن الرحيم شروع اللہ کے نام سے جو بڑا مہربان نہایت رحم والا ہے ਸ਼ਮ ਵਗੈਰਾ ਜ਼ਿਆਦਾ ਸਨ ਔਰ ਉਸ ਤੋਂ ਇਲਾਵਾ ਕਿ ਅਸਾਂ ਇੱਥੇ ਗਰਮੀ ਥੋੜ੍ਹੀ ਘੱਟ ਹੈ ਪੰਜਾਬ ਦੀ ਨਿਸਬਤ ਨਹੀਂ ਤਾਂ ਇਸ ਵੇਲੇ ਜੀ ਰੈਡੀ ਹੋਈ ਗਈ ਵੈ ਇਹ ਜੇ ਤਕਰੀਬਨ ਜ਼ਿਆਦਾ ਨਾ ਹੋਇਆ ਤਾਂ 10-12 ਦਿਹਾੜੇ ਕੱਢ ਸੀ ਬਿਸਮਿਲ੍ਲਾ ਰਹਿਮਾਨ ਰਹੀਮ ਨਾਜ਼ਰੀਨ ਅੱਜ ਇੱਕ ਫਰਾਟੀ ਫਿਰ ਖਦਮ ਬਾਦ ਟੀ ਵੀ ਨਿਵਸਾਦਤ ਨਾਲ ਮੈਂ ਤੁਸਾਂ ਦੋਸਤ ਸ਼ਰਾਤ ਸਾਗਰ ਤੁਹਾਨੂੰ ਖਿਦਮਤ 'ਚ ਹਾਜ਼ਰ ਹਾਂ ਨਾਜ਼ਰੀਨ ਜਿਸ ਤਰ੍ਹਾਂ ਕਿ ਪਿੱਛੇ ਲੀਆਂ ਤੁਸਾਂ ਅਸਾਂ ਦੀਆਂ ਵੀਡੀਓ 'ਚ ਤੱਕਿਆ ਕਿ ਕਣਕਾਂ ਦੀ ਕਟਾਈ ਸ਼ੁਰੂ ਹੋਈ ਗਈ ਹੈ ਔਰ ਬਹੁਤ ਸਾਰੀਆਂ ਦੋਸਤ ਸੰਗੀਆਂ ਕੁਝ ਕਟਾਈ ਕਰੀ ਅਤੇ ਸੱਟੀ ਵੀ ਇਹ ਮਾਰੋ ਹਾਂਜੀ ਜ਼ਰਾ ਇਹ ਜਿਹੜੀ ਕਣਕ ਕੱਪੀ ਪਈ ਵੀ ਕੁਝ ਕਟਾਈ ਹੋਈ ਵੀ ਕੁਝ ਕਟਾਈ ਰਹਿਣੀ ਹੈ ਕਿਉਂਕਿ ਬਾਰਿਸ਼ ਦੀ ਵਜ੍ਹਾ ਤੋਂ ਉਹ ਕਣਕਾਂ ਵਗੈਰਾ ਫਿਰ ਗਿੱਲੀਆਂ ਹੋਈ ਗਈਆਂ ਔਰ ਅੱਜ ਦੀ ਵੀਡੀਓ ਬਣਾਉਣੇ ਨੇ ਕਿ ਖਾਸ ਮਕਸਦ ਇਹ ਸੀ ਇਹ ਮਾੜੇ ਪਿੱਛੇ ਇੱਕ ਖੇਤ ਹੈ ਇਸ ਵਿੱਚ ਇੱਕ ਸਪੈਸ਼ਲ ਕਿਸਮ ਦੀ ਕਣਕ ਰੜੀ ਵੀ ਹੈ ਜਿਸ ਨੇ ਕਿ ਕਦੋ ਕਾਮਤ ਨੇ ਲਿਹਾਜ਼ ਨਾਲ ਵੀ ਬਹੁਤ ਬੜੀ ਹੈ ਔਰ ਅਗਰ ਸਰਿੱਟਾ ਇਸ ਨਾਲ ਤੱਕਿਆ ਜੀ ਐ ਜ਼ੂਮ ਕਰ ਸੋ ਜੀ ਇਸ ਸਰਿੱਟੇ ਪਰ ਸਰਿੱਟਾ ਵੀ ਕਾਫੀ ਬੜਾ ਹੈ ਇਹ ਅਗਰ ਦਾਣਿਆਂ ਨੇ ਲਿਹਾਜ਼ ਨਾਲ ਤੱਕਿਆ ਜੇ ਇਹ ਵੀ ਬੜਾ ਆ ਔਰ ਦੂਆ ਮੈਂ ਇਸਨੇ ਵਿੱਚ ਅਗਰ ਬੜਾਉਣਾ ਕਮ ਅਜ਼ ਕਮ ਮਾੜਿਆ ਮੂੰਡਿਆਂ ਜੀਆਂ ਜੀ ਇਹ ਮਾੜੇ ਤਾਂ ਮਾਰਸੋ ਜੀ ਇਹਦਾ ਕਹੋ ਮਾੜੇ ਮੂੰਡਿਆਂ ਜੀਆਂ ਕਣਕ ਇਹ ਭਾਈ ਮਾਮੂਦਰ ਆ ਇੱਕ ਸਪੈਸ਼ਲ ਕਿਸਮ ਪੰਜਾਬ ਸੂਬੀ ਆਣੀ ਅਤੇ ਰਾਇਆ ਤਾਂ ਬੜੀ ਖੂਬਸੂਰਤ ਫਸਲ ਲਈ ਪੂਰੀ ਬਾੜੀ 'ਚ ਔਰ ਪੂਰੀ ਬਾੜੀ 'ਚ ਅਗਰ ਮੈਂ ਜਾਣਾ ਤਾਂ ਸਾਰੀ ਬਾੜੀ 'ਚ ਇਤਨੀ ਹੈ ਇਹ ਮਾੜੇ ਅਗਰ ਅਸੀਂ ਹੁਣ ਇਹ ਨੁਕਸਾਨ ਹੋ ਸੀ ਇਹਨਾਂ ਕੋਲ ਭਾਈ ਮਾਮੂਦ ਤੱਕੀ ਕਿਨੇ ਤਾਂ ਮਾੜੀ ਕਣਕ ਭੰਨੀ ਉੜੀ ਨੇ ਇਹ ਤੱਕੋ ਨਾਜ਼ਰੀਨ ਬਿਲਕੁਲ ਇਹ ਮਾੜੀ ਛਾਤੀ ਨੇ ਬਰਾਬਰ ਛਾਤੀ ਬਲਕਿ ਮਾੜਿਆ ਕੰਧਿਆਂ ਨੇ ਬਰਾਬਰ ਹੈ ਔਰ ਹੈ ਜੇ ਕਿਉਂਕਿ ਬੀਂ ਥੋੜ੍ਹਾ ਜਿਹਾ ਪੰਜਾਬ ਸਾਈਡ ਨੇ ਪੰਜਾਬ ਸਾਈਡ ਪਰ ਗਰਮੀ ਜ਼ਿਆਦਾ ਹੋਣੀ ਹੈ ਔਰ ਇਹ ਸੁੱਕੀ ਜਾਣੀ ਹੈ ਉੱਥੇ ਇੱਥੇ ਫਿਲਹਾਲ ਅਜੇ ਸੁੱਕੀ ਵੀ ਨਹੀਂ ਹੈ ਕਿਉਂਕਿ ਇਸ ਨਾ ਅਸਾਂ ਇੱਥੇ ਬਾਰਿਸ਼ਾਂ ਵਗੈਰਾ ਜ਼ਿਆਦਾ ਸਨ ਔਰ ਉਸ ਤੋਂ ਇਲਾਵਾ ਕਿ ਅਸਾਂ ਇੱਥੇ ਗਰਮੀ ਥੋੜ੍ਹੀ ਘੱਟ ਹੈ ਪੰਜਾਬ ਦੀ ਨਿਸਬਤ ਨਹੀਂ ਤਾਂ ਇਸ ਵੇਲੇ ਜੀ ਰੈਡੀ ਹੋਈ ਗਈ ਵੈ ਇਹ ਜੇ ਤਕਰੀਬਨ ਜ਼ਿਆਦਾ ਨਾ ਹੋਇਆ ਤਾਂ 10-12 ਦਿਹਾੜੇ ਕੱਢ ਸੀ ਔਰ ਬੜੀ ਹੀ ਖੂਬਸੂਰਤ ਖੇਤ ਪੂਰੇ ਅਸਾਂ ਨੇ ਆਹੀ ਸਕਦੇ ਤਹਿਸੀਲ ਡਡਿਆਲ 'ਚ ਮੈਂ ਇਹ ਜੀ ਫਸਲ ਲੱਗੀ ਵੀ ਕੁਸੇ ਜਗ੍ਹਾ ਪਰ ਵੀ ਨਹੀਂ ਤੱਕੀ ਅੱਲਾ ਤਾਲਾ ਭਾਈ ਮਾਮੂਦ ਹੋਰਾਂ ਕੀ ਮਜ਼ੀਦ ਬਰਕਤਾਂ ਦੇ ਔਰ ਇਹ ਖਾਣਾ ਨਸੀਬ ਕਰੇ ਹੁਣ ਸਾਂ ਕੋਲ ਕਿਨਸਾਂ ਇਜਾਜ਼ਤ ਇਨਸ਼ਾਅੱਲਾ ਬਹੁਤ ਜਲਦ ਇੱਕ ਨਵੀਂ ਵੀਡੀਓ ਨਾਲ ਸੁਣੀ ਖਿਦਮਤ 'ਚ ਹਾਜ਼ਰ ਹੋ ਸਾਂ ਤਬ ਤੱਕ ਦਿਓ ਇਜਾਜ਼ਤ ਖੁਦਾ ਹਾਫਿਜ਼।